ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਐਲੀ ਮੰਗੜ ਦੇ ਰੰਮੀ ਰੰਧਾਵਾ ਮਾਮਲੇ ਵਿੱਚ ਅੱਜ ਉਹ ਦਿਨ ਹੈ ਜਿਸ ਦਿਨ ਐਲੀ ਮੰਗੜ ਨੂੰ ਫਿਰ ਦੂਸਰੀ ਵਾਰ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਐਲੀ ਮੰਗੜ ਨੂੰ ਜ਼ਮਾਨਤ ਮਿਲ ਸਕਦੀ ਹੈ। ਇਸ ਮਾਮਲੇ ਵਿੱਚ ਜਿੱਥੇ ਕਈ ਕਲਾਕਾਰ ਐਲੀ ਮੰਗੜ ਦੇ ਹੱਕ ਵਿੱਚ ਆਏ, ਉੱਥੇ ਬੱਬੂ ਮਾਨ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਐਲੀ ਮੰਗੜ ਦੇ ਹੱਕ ਵਿੱਚ ਆ ਗਏ ਹਨ ਤੇ ਉਹਨਾਂ ਵੱਲੋਂ ਇਸ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਲਾਕਾਰ ਫੇਲ ਹਨ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹ ਸਭ ਤੋਂ ਵੱਧ ਰੌਲਾ ਪਾਉਂਦੇ ਹਨ ਕਿ ਲੱਚਰਤਾ ਬਹੁਤ ਹੋ ਗਈ ਹੈ। ਆਓ ਦੇਖਦੇ ਹਾਂ ਉਹਨਾਂ ਦੀ ਇਹ ਵੀਡੀਓ। ਜਿਹੜੇ ਫੇਲ ਕਲਾਕਾਰ ਹੈ ਨਾ, ਫੇਲ ਜਿਹਨੂੰ ਕੁੱਤਾ ਨਹੀਂ ਪੁੱਛਦਾ, ਉਹ ਸਭ ਤੋਂ ਵੱਧ ਰੌਲਾ ਪਾਉਣਗੇ। ਸੱਭਿਆਚਾਰ ਲੱਚਰਤਾ ਬਹੁਤ ਹੋ ਗਈ, ਤੁਹਾਡੇ ਕੋਲ ਕੰਮ ਹੀ ਹੈ ਨਹੀਂ, ਤੁਸੀਂ ਕਿਉਂ ਰੌਲਾ ਪਾਉਂਦੇ ਹੋ? ਇਹ ਕੋਈ ਗ੍ਰਾਮਰ ਨਹੀਂ ਗਾਉਣਾ, ਇਹ ਕੋਈ ਬਹੁਤ ਵੱਡੀ ਕਲਾ ਨਹੀਂ, ਜਿਹਦਾ ਲੋਟ ਲੱਗ ਗਿਆ ਲੱਗ ਗਿਆ। ਇਸੇ ਕਰਕੇ ਜਿਹੜੇ ਸੋ ਕਾਲਡ ਵਿਦਵਾਨ ਹੈ, ਕਈ ਲਿਖਣ ਵਾਲੇ ਵੀ ਪਿੱਛੇ ਰਹਿ ਜਾਂਦੇ, ਉਹ ਵੀ ਤਾਂ ਹੀ ਰੌਲਾ ਪਾਈ ਜਾਂਦੇ। ਜੇ ਲੱਚਰਤਾ ਦਾ ਪੱਖ ਸੁਣਨਾ ਨਾ, ਤਾਂ ਕੋਈ ਬੁੱਧੀ ਮੇਰੇ ਨਾਲ ਬੈਠ ਕੇ ਕਿਤੇ ਘੰਟਾ ਲਾਵੇ, ਮੈਂ ਦੱਸਾਂ ਲਾਇਬ੍ਰੇਰੀ ਦੇ ਕਿਹੜੀ ਕਿਤਾਬ 'ਚ ਕਿੰਨੇ ਨੰਬਰ ਪੰਨੇ 'ਤੇ ਲੱਚਰਤਾ ਸਿਰਜੀ ਹੋਈ ਹੈ। ਇਕੱਲਾ ਇਕੱਲਾ ਪੰਨਾ ਦੱਸ ਦਿੰਦਾ। ਬਲਵੰਤ ਗਾਰਗੀ ਦੇ ਸਾਰੇ ਰੇਖਾ ਚਿੱਤਰ ਪੜ੍ਹੋ, ਸ਼ੋਭਾ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਚਿੱਠੀਆਂ ਪੜ੍ਹੋ। ਇੱਕ ਬਹੁਤ ਗਿਆਨ ਪੀਠ ਸ਼ਾਇਦ ਅਵਾਰਡ ਮਿਲਿਆ ਪਰਸਾਂ ਲੈਵਲ ਨੂੰ, ਮਿਲਿਆ ਪਰਸਾਂ ਨੂੰ। ਪੜ੍ਹਿਆ ਤੁਸੀਂ ਪੰਜਾਬੀ ਵਾਲਾ ਕਿਹੜਾ ਮੁੰਡਾ ਡਿਪਾਰਟਮੈਂਟ ਨੂੰ ਪਰਸਾਂ ਪੜ੍ਹਿਆ? ਤੇ ਉਹ ਸੱਭਿਆ ਕਹਿ ਪਵਿੱਤਰ ਪਾਪੀ ਸੱਭਿਆ ਕਹਿ। ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਬੱਬੂ ਮਾਨ ਨੇ ਠੀਕ ਕਿਹਾ ਹੈ ਜਾਂ ਨਹੀਂ, ਤੇ ਰੰਮੀ ਰੰਧਾਵਾ ਐਲੀ ਮੰਗੜ ਵਿੱਚੋਂ ਤੁਸੀਂ ਕਿਸ ਦੇ ਹੱਕ ਵਿੱਚ ਹੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਇਸੇ ਤਰ੍ਹਾਂ ਦੀਆਂ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਬੱਲੇ ਆਓ ਕਿਤੇ ਖੁੱਲੇ ਜੇ ਗਰਾ